ईडी ਦਾ ਜਿਹੜਾ ਰੇਟ ਹੋਇਆ ਵੇਖੋ ਈਡੀ ਤੇ ਜਿਹੜਾ ਰੇਟ ਕੀਤਾ ਗਿਆ ਔਰ ਸਾਨੂੰ ਪਹਿਲੇ ਦਿਨ ਤੋਂ ਹੀ ਪਤਾ ਸੀ ਕਿ ਮੋਦੀ ਸਰਕਾਰ ਜਿਵੇਂ ਦੂਸਰੇ ਸਟੇਟਾਂ ਦੇ ਵਿੱਚ ਈਡੀ ਦੇ ਰੇਟ ਕਰਵਾਏ ਸੀਗੇ ਉਦੋਂ ਤੁਸੀਂ ਬੰਗਾਲ ਲੈ ਲਓ ਤਾਮਿਲਨਾਡੂ ਲੈ ਲਓ ਹੋਰ ਸਟੇਟਾਂ ਲੈ ਲਓ ਜਾਂ ਜਿੱਥੇ ਜਿੱਥੇ ਵੀ ਹੋਇਆ ਉੱਥੇ ਇਹਨਾਂ ਨੇ ਪੀ ਚਿਦੰਬਰਮ ਲੈ ਲਓ ਫਿਰ ਸਾਡੇ ਉੱਥੇ ਜਿਹੜੇ ਚੀਫ ਮਿਨਿਸਟਰ ਸੀਗੇ ਮੱਧ ਪ੍ਰਦੇਸ਼ ਦੇ ਉਹਨਾਂ ਦੇ ਲੈ ਲਓ ਔਰ ਹਰ ਬੰਦੇ ਦੇ ਉੱਤੇ ਇਹਨਾਂ ਨੇ ਈਡੀ ਦਾ ਜਿਹੜਾ ਬਾਂਹ ਮਰੋੜ ਦਾ ਜਿਹੜਾ ਕੰਮ ਕੀਤਾ ਇਹ ਡੈਮੋਕ੍ਰੇਸੀ ਲਈ ਬਹੁਤ ਵੱਡਾ ਘਾਤਕ ਆ ਕਿਸੇ ਵੀ ਡੈਮੋਕ੍ਰੇਟਿਕ ਕੰਟਰੀ 'ਚ ਇਹ ਚੀਜ਼ ਨਹੀਂ ਚੱਲਦੀ ਕਿ ਤੁਸੀਂ ਇਲੈਕਸ਼ਨਾਂ ਜਿਹੜੀਆਂ ਨੇ ਕਿਸੇ ਨੂੰ ਦਬਾ ਕੇ ਡਰਾ ਕੇ ਕਰਵਾਈਆਂ ਜਾਣ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੇ ਵਿੱਚ ਇੱਕ ਅਸੀਂ ਬਿਕਰਮ ਮਜੀਠੀਏ ਦੇ ਉੱਪਰ ਈਡੀ ਦੇ ਬੇਸਡ ਈਡੀ ਨੇ ਜੋ ਬਿਆਨ ਲਏ ਈਡੀ ਦੇ ਬਿਆਨਾਂ ਦੇ ਮੁਤਾਬਕ ਕੇਸ ਰਜਿਸਟਰ ਕੀਤਾ ਔਰ ਉਸ ਬੰਦੇ ਦੀ ਜ਼ਮਾਨਤ ਕੈਂਸਲ ਹੋਈ ਹਾਈਕੋਰਟ 'ਚੋਂ ਉਸ ਬੰਦੇ ਨੇ ਜਾ ਕੇ ਸੁਪਰੀਮ ਕੋਰਟ 'ਚ ਆਪਣੀ ਅਪੀਲ ਪਾਈ ਕਿ ਮੈਂ ਇਲੈਕਸ਼ਨ ਲੜ ਰਿਹਾ ਮੈਨੂੰ 20 ਤੱਕ ਮੌਕਾ ਦਿੱਤਾ ਜਾਵੇ ਇਲੈਕਸ਼ਨ ਲੜਨ ਤੋਂ ਬਾਅਦ ਹਾਈਕੋਰਟ ਨੇ ਇਹ ਕਿਹਾ ਸੁਪਰੀਮ ਕੋਰਟ ਨੇ ਕਿਹਾ ਕਿ ਤੂੰ 21 ਤੋਂ ਲੈ ਕੇ 24 ਤਰੀਕ ਤੱਕ ਅਦਾਲਤ ਦੇ ਵਿੱਚ ਪੇਸ਼ ਹੋਵੋ ਅਤੇ ਉੱਥੇ ਜਾ ਕੇ ਆਪਣੀ ਜਿਹੜੀ ਆ ਰੈਗੂਲਰ ਇਹਦਾ ਮਤਲਬ ਜਦੋਂ ਅਦਾਲਤ 'ਚ ਪੇਸ਼ ਹੋਣਾ ਅਤੇ ਉੱਥੇ ਅੰਦਰ ਜਾਣਾ ਹੀ ਜਾਣਾ ਅਤੇ ਜੇ ਇਹਨਾਂ 'ਚ ਪ੍ਰਧਾਨ ਮੰਤਰੀ ਸਾਹਿਬ 'ਚ ਜਿਹੜੇ ਕਹਿੰਦੇ ਕਿ ਮੈਂ ਬੜਾ ਵੱਡਾ ਦੇਸ਼ ਭਗਤ ਹਾਂ ਅਤੇ ਅੱਜ ਦੇਸ਼ ਭਗਤੀ ਵਿਖਾਉਣ ਈਡੀ ਦਾ ਰੇਡ ਇਹਦੇ ਵੀ ਕਰਨ ਅਤੇ ਇਹਨੂੰ ਅਰੈਸਟ ਕਰਨ ਫਿਰ ਤਾਂ ਮੰਨਾਂਗਾ ਕਿ ਇਨਸਾਫ ਕਰ ਰਹੇ ਨੇ ਅਤੇ ਈਡੀ ਦੇ ਕੇਸਾਂ ਵਾਲਿਆਂ ਨੂੰ ਜਿਹੜੇ ਇਹਨਾਂ ਦੇ ਆਪਣੇ ਚਹੇਤੇ ਨੇ ਉਹ ਬਾਹਰ ਫਿਰਨ ਅਤੇ ਜਿਨ੍ਹਾਂ ਦੇ ਉੱਤੇ ਕੇਸ ਵੀ ਨਹੀਂ ਅਤੇ ਇਹ ਆ ਕਿ ਬਾਂਹ ਰੋਡ ਦੀ ਤਾਂ ਲੋਕਾਂ ਨੂੰ ਦੱਸਣਾ ਇੱਕ ਦਲਿਤ ਪਰਿਵਾਰ ਨੂੰ ਬਦਨਾਮ ਕਰਨਾ ਇਹਨੂੰ ਕਦੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਰਾਹੁਲ ਗਾਂਧੀ ਜਾ ਰਹੇ ਪੰਜਾਬ 'ਚ, ਰਾਹੁਲ ਗਾਂਧੀ ਜੀ ਸੀਐਮ ਜਿਹੜਾ ਸ਼ਾਇਦ ਅਨਾਊਂਸ ਕਰ ਦੇ, ਉਦੋਂ ਸਾਡੇ ਸੀਐਮ ਜਿਹੜਾ ਅਨਾਊਂਸ ਹੋਏ ਚੰਨੀ ਸਾਹਿਬ ਨੇ ਖੁਦ ਹੀ ਅਨਾਊਂਸ ਕਰ ਲਿਆ ਆਪਣਾ ਸੀਐਮ ਜਿਹੜਾ, ਉਹਨੇ ਚੰਨੀ ਸਾਹਿਬ ਨੇ ਮੇਰੇ ਖਿਆਲ ਕਿਤੇ ਵੀ ਨਹੀਂ ਕੀਤਾ, ਅੱਜ ਤੱਕ ਨਹੀਂ ਕਿਹਾ ਕਿ ਮੈਂ ਸੀਐਮ ਜਿਹੜਾ, ਬਿਲਕੁਲ ਗਲਤ ਗੱਲ ਹੈ। ਤੁਸੀਂ ਸੀਐਮ ਜਿਹੜਾ ਕਿਹਨੂੰ ਮਿਲਦੇ ਪੰਜਾਬ 'ਚ? ਪੰਜਾਬ 'ਚ ਜਦੋਂ ਰਾਹੁਲ ਗਾਂਧੀ ਨੇ ਆਣ ਕੇ ਕਰਨਾ ਉਹ ਅਨਾਊਂਸ ਕਰਨਗੇ, ਉਹਨਾਂ ਜਿਹੜੇ ਸਾਡੇ ਵਿਊਜ਼ ਮੰਨੇ ਨੇ ਮੰਗੇ ਨੇ ਉਹਨਾਂ ਨੂੰ ਅਸੀਂ ਆਪਣੇ ਦੇ ਦਿੱਤੇ। ਮੈਨੂੰ ਦੱਸੋ ਇਲੈਕਸ਼ਨਸ ਲੱਗੇ ਕਿਉਂ ਟਾਰਗੇਟ ਕੀਤਾ ਜਾਂਦਾ ਈਡੀ ਵੱਲੋਂ? ਇਲੈਕਸ਼ਨ ਦੇ ਲੱਗੇ ਤੁਸੀਂ ਵੇਖੋ ਮਮਤਾ ਬੈਨਰਜੀ ਨੂੰ ਕੀਤਾ ਉੱਥੇ ਤਾਮਿਲਨਾਡੂ 'ਚ ਕੀਤਾ ਅਤੇ ਉੱਥੋਂ ਦੇ ਅਣਖੀ ਲੋਕਾਂ ਨੇ ਇਹਨੂੰ ਬੀਜੇਪੀ ਨੂੰ ਟਕਾ ਕੇ ਹਰਾ ਕੇ ਭੇਜਿਆ ਅਤੇ ਇਸੇ ਤਰ੍ਹਾਂ ਹੀ ਹੁਣ ਪੰਜਾਬ ਦੇ ਲੋਕ ਵੀ ਸਾਡੀ ਚੰਨੀ ਸਰਕਾਰ ਨੂੰ ਜਿਤਾ ਕੇ ਭੇਜ। ਡਿਫੈਂਸ ਮਿਨਿਸਟਰ ਵੀ ਅੱਜ ਰਾਜਨਾਥ ਸਿੰਘ ਵੀ ਪੰਜਾਬ ਫੇਰੀ ਤੋਂ, ਉਹਨਾਂ ਨੇ ਹਰ ਲੀਡਰ ਨਹੀਂ ਹੋਣਾ, ਉਹਨਾਂ ਨੂੰ ਕਿਹੜਾ ਰੋਕ ਸਕਦਾ ਉਹ ਆਪਣੇ ਲੜਨ। ਇੱਕ ਜਾਖੜ ਨੇ ਸਰ ਬਿਆਨ ਦਿੱਤਾ ਵੀ ਸੀਐਮ ਵਾਰੀ ਮੇਰੇ ਨਾਲ ਬੰਦੇ ਜ਼ਿਆਦਾ ਸੀ, ਸੰਧਾਵਾ ਸਾਹਿਬ ਨਾਲ ਖੜ ਸੀ। ਦੇਖੋ ਇਹ ਜਿਹੜੀ ਸੀਐਮ ਨਾਲ ਬੰਦੇ ਜ਼ਿਆਦਾ ਜਾਂ ਉਹਦੇ 'ਚ ਚੰਨੀ ਸਾਹਿਬ ਦੇ ਅਤੇ ਉਹਨਾਂ ਨੇ ਬਹੁਤ ਹੀ ਥੋੜ੍ਹੇ ਦੱਸੇ ਅਤੇ ਹਾਈਕਮਾਂਡ ਨੇ ਜਿਹੜਾ ਫਿਰ ਡਿਸੀਜਨ ਲਿਆ ਉਹਨੂੰ ਸਾਰਿਆਂ ਨੇ ਕਬੂਲਿਆ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਕਿ ਮੋਦੀ ਨਾਲ ਰਲ ਕੇ ਮੈਂ ਪੰਜਾਬ ਦੀ ਸਰਕਾਰ ਬਣਾਵਾਂਗਾ। ਪਹਿਲਾਂ ਮੋਦੀ ਸਾਹਿਬ ਇਹੋ ਹੀ ਫੈਸਲਾ ਕਰ ਦੇਣ ਜਿਹੜੇ ਕੈਪਟਨ ਸਾਹਿਬ ਦੇ ਉੱਤੇ ਈਡੀ ਦੇ ਕੇਸ ਨੇ ਉਹਦੇ 'ਤੇ ਮੋਦੀ ਸਾਹਿਬ ਬਿਆਨ ਦੇਣ ਅਤੇ ਕੈਪਟਨ ਸਾਹਿਬ ਵੀ ਬਿਆਨ ਦੇਣ ਅਤੇ ਜਿਹੜਾ ਈਡੀ ਦਾ ਕੇਸ ਆ ਇਹਨਾਂ ਦੇ ਸਾਰੇ ਪਰਿਵਾਰ 'ਤੇ ਕਿ ਤੁਸੀਂ ਡਰਦੇ ਉਸ ਕਰਕੇ ਗਏ ਹੋ ਕਿ ਜਾਂ ਹੋਰ ਕਿਸੇ ਕਰਕੇ। ਦੇਸ਼ ਦੁਨੀਆ ਦੀ ਹਰ ਖਬਰ ਨਾਲ ਅਪਡੇਟ ਰਹਿਣ ਲਈ ਸਾਡੇ ਜਗਬਾਣੀ ਟੀਵੀ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਫੋਲੋ ਕਰੋ ਔਰ ਦੋਸਤਾਂ ਅਤੇ ਮਿੱਤਰਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਧੰਨਵਾਦ।